ਕਰਮਾਂ ਵਾਲੇ ਵਿਹੜੇ ਜਿੱਥੇ ਧੀਆਂ ਹੁੰਦੀਆਂ ਨੇ ਉਸੇ ਘਰ ਵਿੱਚ ਰੌਣਕ ਮੇਲੇ ਧੀਆਂ ਹੁੰਦੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮੋਨਿਕਾ ਪਾਠਕ ਤੇ ਤੁਸੀਂ ਦੇਖ ਰਹੇ ਹੋ ਸਾਡਾ ਵੀਡੀਓ ਬਲੌਗ ਮਾਣੋ ਦੀ। ਕਹਿੰਦੇ ਨੇ ਦੋ ਘਰਾਂ ਦਾ ਚਿਰਾਗ ਵੀ ਹੁੰਦੀਆਂ ਨੇ ਧੀਆਂ, ਮਾਪਿਆਂ ਦੇ ਸਿਰ ਦਾ ਧਾਸ ਤੇ ਵੀਰਾਂ ਲਈ ਮਾਣ ਵੀ ਹੁੰਦੀਆਂ ਨੇ ਧੀਆਂ, ਪੂਰੇ ਪਿੰਡ ਦੀ ਇੱਜ਼ਤ ਵੀ ਹੁੰਦੀਆਂ ਨੇ ਧੀਆਂ। ਇੱਕ ਧੀ ਡਾਕਟਰ, ਪਾਇਲਟ, ਇੰਜੀਨੀਅਰ, IPS ਆਫਿਸਰ, ਇੱਥੋਂ ਤੱਕ ਕਿ ਕਈਆਂ ਦੇਸ਼ਾਂ ਦੀਆਂ ਬਾਗਡੋਰ ਵੀ ਸੰਭਾਲਦੀ ਹੈ। ਜਦੋਂ ਕੋਈ ਧੀ ਮਾਣ ਵਾਲਾ ਕੰਮ ਕਰਦੀ ਏ ਤਾਂ ਕਿਹਾ ਜਾਂਦਾ ਇਹ ਸਾਡੀ ਧੀ ਨਹੀਂ ਸਾਡਾ ਪੁੱਤ ਏ। ਉਸਦੇ ਪਰਿਵਾਰ ਵਾਲੇ ਵੀ ਉਸਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ। ਉਸ ਧੀ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਮਾਣ ਹੁੰਦਾ ਤੇ ਧੀ ਨੂੰ ਵੀ ਆਪਣੇ ਪਰਿਵਾਰ ਵਾਲਿਆਂ ਤੇ ਮਾਣ ਹੁੰਦਾ। ਪਰ ਧੀਆਂ ਇੱਕ ਸੋਚ ਨੇ, ਸੋਚ ਦੇ ਨਾਲ ਨਾਲ ਇੱਕ ਡਰ ਵੀ ਨੇ। ਇਹ ਡਰ ਇੱਕ ਧੀ ਦੇ ਮਨ ਦੇ ਵਿੱਚ ਉਦੋਂ ਬੈਠ ਜਾਂਦਾ ਜਦੋਂ ਉਹ ਹਾਲੇ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ। ਜਦੋਂ ਉਸਦਾ ਦਿਲ ਪਹਿਲੀ ਵਾਰ ਆਪਣੀ ਮਾਂ ਦੇ ਪੇਟ ਦੇ ਵਿੱਚ ਧੜਕਣਾ ਸ਼ੁਰੂ ਕਰਦਾ ਉਦੋਂ ਤੋਂ ਹੀ ਉਸਦੇ ਮਨ ਦੇ ਵਿੱਚ ਡਰ ਵੀ ਬੈਠ ਜਾਂਦਾ ਕਿ ਕਿਤੇ ਇੱਕ ਪੁੱਤਰ ਦੀ ਚਾਹਤ ਦੇ ਵਿੱਚ ਉਸਦੀ ਹੱਤਿਆ ਨਾ ਕਰ ਦਿੱਤੀ ਜਾਵੇ। ਇਹ ਡਰ ਉਸਦੀ ਮਾਂ ਨੇ ਵੀ ਮਹਿਸੂਸ ਕੀਤਾ ਹੁੰਦਾ ਜਦੋਂ ਉਹ ਆਪ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ। ਜਦੋਂ ਇੱਕ ਧੀ ਦਾ ਜਨਮ ਹੁੰਦਾ ਉਸ ਤੋਂ ਬਾਅਦ ਉਹਦੇ ਮਨ ਵਿੱਚ ਡਰ ਹੁੰਦਾ ਕਿ ਕਿਤੇ ਉਸਦੀ ਛੋਟੀ ਜਿਹੀ ਗਲਤੀ ਦੇ ਕਰਕੇ ਉਸਦੇ ਵੀਰ ਦੀਆਂ ਅੱਖਾਂ ਵਿੱਚ ਹੰਝੂ ਨਾ ਆ ਜਾਣ। ਉਸ ਤੋਂ ਬਾਅਦ ਜਦੋਂ ਧੀ ਕਿਤੇ ਜਵਾਨ ਹੁੰਦੀ ਆ ਤਾਂ ਲੋਕਾਂ ਦੀਆਂ ਪਿੰਡਾਂ ਚੀਰਦੀਆਂ ਨਜ਼ਰਾਂ ਦਾ ਡਰ ਕਿ ਕਿਤੇ ਉਹ ਨਜ਼ਰਾਂ ਦੇ ਨਾਲ ਉਸਦੇ ਮਾਤਾ ਪਿਤਾ ਦੀ ਜਾਂ ਭੈਣਾਂ ਭਰਾਵਾਂ ਦੀ ਇੱਜ਼ਤ ਨੂੰ ਦਾਗ ਨਾ ਲੱਗ ਜਾਵੇ, ਉਹਨਾਂ ਦੀ ਮੁੱਛ ਨਾ ਨੀਵੀਂ ਹੋ ਜਾਵੇ। ਇੱਕ ਧੀ ਦੇ ਕਈ ਸੁਪਨੇ ਹੁੰਦੇ ਪਰ ਜਦੋਂ ਕਿਤੇ ਉਹਦੇ ਵਿਆਹ ਦੀ ਗੱਲ ਕੀਤੀ ਜਾਂਦੀ ਆ ਕਈ ਵਾਰੀ ਉਹਨੂੰ ਉਹ ਸੁਪਨੇ ਵਿੱਚ ਹੀ ਮਾਰਨੇ ਪੈਂਦੇ। ਵਿਆਹ ਤੋਂ ਬਾਅਦ ਐਡਜਸਟਮੈਂਟ ਦਾ ਡਰ ਹੁੰਦਾ, ਕਿੱਦਾਂ ਕਰਨੀ ਕੀ ਕਰਨਾ। ਉਹ ਪਹਿਲਾਂ ਤਾਂ ਧੀਆਂ ਤੀਲਾ ਤੀਲਾ ਕਰਕੇ ਆਪਣੇ ਪੇਕਿਆਂ ਦਾ ਘਰ ਜੋੜਦੀਆਂ, ਬਾਅਦ ਵਿੱਚ ਤੀਲਾ ਤੀਲਾ ਕਰਕੇ ਸਹੁਰਿਆਂ ਦਾ ਘਰ ਜੋੜਦੀਆਂ। ਧੀਆਂ ਦੋਨਾਂ ਘਰਾਂ ਨੂੰ ਇਸ ਤਰ੍ਹਾਂ ਸੰਭਾਲਦੀਆਂ ਕਿ ਦੋਨੋਂ ਘਰ ਮੇਰੇ ਆਪਣੇ, ਆਪਣੇ ਘਰ ਜਾਣ ਕੇ ਹੀ ਉਹ ਦੋਨਾਂ ਘਰਾਂ ਨੂੰ ਜੋੜਦੀਆਂ। ਪਰ ਜਦੋਂ ਕੋਈ ਧੀ ਇੱਕ ਛੋਟੀ ਜਿਹੀ ਗਲਤੀ ਕਰ ਦਿੰਦੀ ਹੈ ਤਾਂ ਉਸਦਾ ਸਹੁਰਾ ਪਰਿਵਾਰ ਉਸਨੂੰ ਬਾਂਹ ਤੋਂ ਫੜ ਕੇ ਘਰੋਂ ਬਾਹਰ ਕਰ ਦਿੰਦਾ ਕਿ ਜਾ ਆਪਣੇ ਪੇਕਿਆਂ ਦੇ ਘਰ ਚਲੀ ਜਾ। ਜਦੋਂ ਉਹ ਪੇਕਿਆਂ ਦੇ ਘਰ ਜਾਂਦੀ ਆ ਤਾਂ ਕਿਹਾ ਜਾਂਦਾ ਕਿ ਨਹੀਂ ਤੇਰਾ ਹੁਣ ਇਹ ਅਸਲੀ ਘਰ ਨਹੀਂ ਆ, ਤੇਰਾ ਅਸਲੀ ਘਰ ਸਹੁਰਿਆਂ ਦਾ ਘਰ। ਦੋਹਾਂ ਘਰਾਂ ਨੂੰ ਆਪਣਾ ਮੰਨਣ ਵਾਲੀ ਧੀ ਦਾ ਅਸਲੀ ਘਰ ਕਿਹੜਾ ਇਸ ਬਾਰੇ ਕੁਝ ਨਹੀਂ ਪਤਾ। ਕਿੰਨਾ ਸਹਿੰਦੀਆਂ ਨੇ ਧੀਆਂ, ਚੁੱਪ ਹੀ ਰਹਿੰਦੀਆਂ ਨੇ ਧੀਆਂ। ਹਾਂਜੀ ਦੋਸਤੋ, ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਕੀਮਤੀ ਸੁਝਾਅ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਅਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਜੁੜੇ ਰਹੋ ਸਾਡੇ ਚੈਨਲ PV07 ਦੇ ਨਾਲ। ਮਿਲਦੇ ਹਾਂ ਜਲਦ ਹੀ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ।